ਗੈਰ ਮਾਨਵਤਾਵਾਦੀ ਸਮਾਜ ਨੇ ਭਾਰਤ ਦੀ ਨਾਰੀ ਨੂੰ ਸਦੀਆਂ ਤੋਂ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਔਰਤ ਨੂੰ ਪੈਰ ਦੀ ਜੁੱਤੀ ਕਿਹਾ ਅਤੇ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਕਰਕੇ ਰੱਖਿਆ। ਇਸ ਗੈਰ ਮਨੁੱਖੀ ਵਤੀਰੇ ਦੇ ਖਿਲਾਫ ਗੁਰੂ ਸਾਹਿਬਾਨਾਂ ਨੇ ਨਾਰੀ ਦਾ ਸਨਮਾਨ ਬਹਾਲ ਕਰਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ, ਜਿਸ ਦੇ ਸਿੱਟੇ ਵਜੋਂ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਮਿਲਿਆ। ਅੱਜ ਆਪਣੇ ਹੱਕਾਂ ਤੋਂ ਜਾਣੂ ਔਰਤ ਇੱਜ਼ਤ ਅਤੇ ਅਣਖ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ। ਬਿਜਲੀ ਤੋਂ ਵੱਧ ਫੁਰਤੀਲੀ ਹਾਂ।
ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। ਯੂਟਿਊਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੂਰਨ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਪਾ ਦੇਣ, ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਮੈਂ ਅਦਾਰਾ ਤਹਿਲਕਾ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ ਦੁਆਬਾ ਮਾਰਕੀਟ ਸਾਹਮਣੇ ਬੱਸ ਸਟੈਂਡ ਜਲੰਧਰ